वाहे गुरु जी का खालसा, वाहे गुरु जी की फतेह। अनमोल विचार चैनल विच तुहाडा स्वागत है। अपनी अज दी वीडियो उन्हां दे लई आ जो अपनी जिंदगी दे विच बहुत कुछ प्राप्त करना चाहते आ, जिन्हां ने बहुत सारे सुपने देखे ने, जिन्हां दे मन दीआं बहुत सारीआं इशावां ने, जां इंज कह लईए कि आपां जो भी चाहुंदे आ ना उह सब कुछ सानूं मिल सकदा है। बस जेकर असीं सवेरे उठदिआं सार मालक दा शुकराना करके इह तीन शब्द रोज कहीए, इह तीन शब्द कह के फिर अपना पैर बिस्तर तों थल्ले लाउणा है, तां देखणा इह तीन शब्दां दे करके ना साडी जिंदगी पूरी तरह दे नाल बदल जावेगी। आपां जो अपनी जिंदगी दे विच सुपने वेखे ने, जो भी साडे मन दीआं इशावां ने, ਉਹ ਸਾਰੀਆਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਇਹ ਤਿੰਨ ਸ਼ਬਦ ਆਪਾਂ ਸਵੇਰੇ ਸਵੇਰੇ ਬੋਲਣੇ ਆ। ਇਹ ਤਿੰਨ ਸ਼ਬਦ ਕਿਹੜੇ ਆ, ਸਵੇਰੇ ਕਿਉਂ ਬੋਲਣੇ ਆ, ਅਤੇ ਇਹ ਤਿੰਨ ਸ਼ਬਦਾਂ ਦਾ ਸਾਡੀ ਜੀਵਨ ਦੇ ਉੱਤੇ, ਸਾਡੀ ਜ਼ਿੰਦਗੀ ਦੇ ਉੱਤੇ ਕੀ ਅਸਰ ਪਵੇਗਾ, ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ। ਇਸ ਕਰਕੇ ਆਪਣੀ ਅੱਜ ਦੀ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ, ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਸਾਨੂੰ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ। ਇਸ ਲਈ ਵੀਡੀਓ ਨੂੰ ਪੂਰਾ ਸੁਣਨਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਕਈ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਆ, ਸਾਡੀ ਕਿਸਮਤ ਦੇ ਵਿੱਚ ਤਾਂ ਰੱਬ ਨੇ ਸੁੱਖ ਲਿਖਿਆ ਹੀ ਨਹੀਂ ਆ। ਉਹ ਆਪਣੀ ਕਿਸਮਤ ਦੇ ਲਈ ਜਾਂ ਤਾਂ ਰੱਬ ਨੂੰ ਦੋਸ਼ ਦਿੰਦੇ ਨੇ, ਜਾਂ ਕਈ ਆਪਣੇ ਮਾਪਿਆਂ ਨੂੰ ਦੋਸ਼ ਦਿੰਦੇ ਨੇ, ਅਤੇ ਕਈ ਆਪਣੇ ਰਿਸ਼ਤੇਦਾਰਾਂ ਦੇ ਉੱਤੇ ਰੋਸ ਕਰਦੇ ਨੇ, ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ। ਕਈ ਲੋਕਾਂ ਦੇ ਮੂੰਹੋਂ ਇਹ ਗੱਲ ਸੁਣੀ ਹੋਵੇਗੀ ਕਿ ਸਾਡੇ ਰਿਸ਼ਤੇਦਾਰਾਂ ਦੇ ਕੋਲ ਇੰਨਾ ਪੈਸਾ ਹੈ, ਇਹਨਾਂ ਦੇ ਕੋਲ ਉੱਚਾ ਅਹੁਦਾ ਹੈ, ਜੇ ਚਾਹੁੰਦੇ ਤਾਂ ਸਾਡੇ ਲਈ ਬਹੁਤ ਕੁਝ ਕਰ ਸਕਦੇ ਸੀ, ਪਰ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ, ਇਹਨਾਂ ਨੇ ਸਾਡੀ ਬਾਂਹ ਨਹੀਂ ਫੜੀ। ਤਾਂ ਜੋ ਲੋਕ ਵੀ ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰਨ ਦੇ ਪਿੱਛੇ, ਆਪਣੀਆਂ ਇਸ਼ਾਵਾਂ ਦੇ ਪੂਰਾ ਨਾ ਹੋਣ ਪਿੱਛੇ ਰੱਬ ਨੂੰ ਦੋਸ਼ ਦਿੰਦੇ ਨੇ, ਜਾਂ ਫਿਰ ਆਪਣੇ ਮਾਪਿਆਂ ਨੂੰ, ਰਿਸ਼ਤੇਦਾਰਾਂ ਨੂੰ ਦੋਸ਼ ਦਿੰਦੇ ਆ ਨਾ, ਉਹਨਾਂ ਨੇ ਅੱਜ ਤੋਂ ਹੀ ਇਹ ਤਿੰਨ ਗੱਲਾਂ ਆਪਣੇ ਆਪ ਨੂੰ ਜ਼ਰੂਰ ਕਹਿਣੀਆਂ ਨੇ। ਅਤੇ ਸਭ ਤੋਂ ਜ਼ਰੂਰੀ ਗੱਲ ਕਿ ਅੱਜ ਤੋਂ ਹੀ ਕਹਿਣੀਆਂ ਨੇ, ਕਿਉਂਕਿ ਜਿਹੜਾ ਕੰਮ ਆਪਾਂ ਕੱਲ੍ਹ ਦੇ ਲਈ ਛੱਡ ਦਿੰਦੇ ਹਾਂ ਨਾ, ਉਹ ਕੰਮ ਕਦੇ ਵੀ ਨਹੀਂ ਹੁੰਦਾ। ਸਭ ਤੋਂ ਪਹਿਲੀ ਜ਼ਰੂਰੀ ਗੱਲ ਤਾਂ ਇਹੀ ਆ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਲੈ ਕੇ ਆਉਣਾ ਹੈ ਕਿ ਜੋ ਵੀ ਕਰਾਂਗਾ ਅੱਜ ਤੋਂ ਹੀ ਕਰਾਂਗਾ। ਜਿਸ ਦਿਨ ਵੀ ਅਸੀਂ ਕੱਲ੍ਹ ਦਾ ਖਹਿੜਾ ਛੱਡ ਦਿੱਤਾ ਕਿ ਕੋਈ ਨਹੀਂ ਕੱਲ੍ਹ ਤੋਂ ਵੇਖਾਂਗੇ, ਕੱਲ੍ਹ ਤੋਂ ਕਰਾਂਗੇ, ਤਾਂ ਕੱਲ੍ਹ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਆਉਂਦਾ। ਕੱਲ੍ਹ ਦਾ ਲਾਰਾ ਹੀ ਸਾਨੂੰ ਪਿੱਛੇ ਵੱਲ ਲੈ ਕੇ ਜਾਂਦਾ ਹੈ, ਕੱਲ੍ਹ ਦਾ ਲਾਰਾ ਹੀ ਸਾਨੂੰ ਨਾਕਾਮਯਾਬ ਨਿਰਾਸ਼ ਕਰਦਾ ਹੈ। ਤਾਂ ਇਹ ਕੱਲ੍ਹ ਨੂੰ ਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਬਿਲਕੁਲ ਕੱਢਣਾ ਹੈ, ਅੱਜ ਵਿੱਚ ਜੀਣਾ ਹੈ, ਜੋ ਕਰਨਾ ਹੈ ਅੱਜ ਤੋਂ ਹੀ ਕਰਨਾ ਹੈ। ਅਤੇ ਇਹ ਤਿੰਨ ਗੱਲਾਂ ਦੀ ਸ਼ੁਰੂਆਤ ਆਪਾਂ ਅੱਜ ਤੋਂ ਹੀ ਕਰਨੀ ਆ। ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਤਾਂ ਆਪਾਂ ਹਰ ਹਾਲ ਦੇ ਵਿੱਚ ਕਰਨਾ ਹੀ ਕਰਨਾ ਹੈ। ਮਾਲਕ ਦਾ ਸ਼ੁਕਰਾਨਾ ਕਰਕੇ ਆਪਣੇ ਆਪ ਨੂੰ ਇਹ ਤਿੰਨ ਗੱਲਾਂ ਰੋਜ਼ ਕਹਿਣੀਆਂ ਨੇ, ਇਹ ਤਿੰਨ ਗੱਲਾਂ ਰੋਜ਼ ਯਾਦ ਕਰਵਾਉਣੀਆਂ ਨੇ, ਕਿਉਂਕਿ ਇਹ ਤਿੰਨਾਂ ਗੱਲਾਂ ਨੇ ਹੀ ਸਾਨੂੰ ਅੱਗੇ ਵੱਲ ਲੈ ਕੇ ਜਾਣਾ ਹੈ, ਇਹਨਾਂ ਤਿੰਨ ਗੱਲਾਂ ਨੇ ਹੀ ਸਾਨੂੰ ਕਾਮਯਾਬ ਕਰਨਾ ਹੈ। ਸਾਡੇ ਸਿਆਣੇ, ਸਾਡੇ ਸੰਤ ਮਹਾਂਪੁਰਖ ਜੀ ਸਾਨੂੰ ਕਹਿੰਦੇ ਆ ਨਾ ਕਿ ਦਿਨ ਦੀ ਸ਼ੁਰੂਆਤ ਜਿਸ ਤਰੀਕੇ ਦੀ ਹੋਵੇ, ਬਾਕੀ ਦਾ ਪੂਰਾ ਦਿਨ ਵੀ ਉਸੇ ਤਰ੍ਹਾਂ ਹੀ ਬੀਤਦਾ ਹੈ। ਤਾਂ ਇਸ ਕਰਕੇ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਕਰਨੀ ਆ, ਅਤੇ ਦਿਨ ਦੀ ਸ਼ੁਰੂਆਤ ਹੀ ਇੰਨੀ ਪਾਵਰਫੁਲ ਕਰਨੀ ਆ ਕਿ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਵੇ। ਸਭ ਤੋਂ ਪਹਿਲੀ ਗੱਲ ਆਪਣੇ ਆਪ ਨੂੰ ਕਹਿਣੀ ਆ ਕਿ ਮੈਂ ਆਪਣੇ ਆਪ ਦੇ ਵਿੱਚ ਇਹ ਚੰਗਾ ਬਦਲਾਵ ਲੈ ਕੇ ਆਵਾਂਗਾ, ਭਾਵ ਕਿ ਮੈਂ ਆਪਣੇ ਆਪ ਨੂੰ ਬਦਲਣਾ ਹੈ ਅਤੇ ਆਪਣੇ ਆਪ ਦੇ ਵਿੱਚ ਚੰਗਾ ਬਦਲਾਵ ਲੈ ਕੇ ਆਉਣਾ ਹੈ। ਕਿਉਂਕਿ ਜਿਸ ਦਿਨ ਸਾਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਅੰਦਰ ਕੁਝ ਬਦਲਣ ਦੀ ਲੋੜ ਆ, ਸਮਝੋ ਉਸੇ ਦਿਨ ਤੋਂ ਬਦਲਾਵ ਸ਼ੁਰੂ ਹੋ ਗਿਆ। ਬਹੁਤੇ ਮਨੁੱਖ ਨਾਕਾਮਯਾਬ ਨਿਰਾਸ਼ ਇਸੇ ਕਰਕੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਤਾਂ ਬਦਲਣ ਦੀ ਲੋੜ ਹੀ ਨਹੀਂ ਆ, ਮੈਂ ਤਾਂ ਬਿਲਕੁਲ ਸਹੀ ਆ। ਉਹਨਾਂ ਨੂੰ ਲੱਗਦਾ ਕਿ ਜੇ ਬਦਲਣਾ ਹੈ ਤਾਂ ਉਹ ਲੋਕ ਬਦਲਣ, ਮੈਨੂੰ ਨਹੀਂ ਬਦਲਣ ਦੀ ਲੋੜ। ਇੱਥੇ ਹੀ ਅਸੀਂ ਗਲਤੀ ਕਰਦੇ ਹਾਂ। ਜਿਸ ਦਿਨ ਸਾਨੂੰ ਪਤਾ ਲੱਗ ਗਿਆ ਨਾ ਕਿ ਸਾਡੇ ਅੰਦਰ ਕੀ ਕਮੀਆਂ ਨੇ, ਕਿਹੜੇ ਔਗਣ ਨੇ, ਕਿਹੜੀਆਂ ਮਾੜੀਆਂ ਆਦਤਾਂ ਨੇ ਜਿਨ੍ਹਾਂ ਨੂੰ ਸਾਨੂੰ ਬਦਲਣਾ ਪੈਣਾ ਹੈ, ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ। ਉਸੇ ਦਿਨ ਤੋਂ ਹੀ ਸਾਡੀ ਤਰੱਕੀ, ਕਾਮਯਾਬੀ ਦੇ ਰਾਹ ਖੁੱਲ੍ਹ ਜਾਣਗੇ। ਤਾਂ ਸਭ ਤੋਂ ਪਹਿਲੀ ਗੱਲ
ਤਾਂ ਆਪਣੇ ਆਪ ਨੂੰ ਰੋਜ਼ ਸਵੇਰੇ ਉੱਠ ਕੇ ਇਹੀ ਯਾਦ ਕਰਵਾਉਣੀ ਆ ਕਿ ਮੈਂ ਆਪਣੇ ਆਪ ਨੂੰ ਬਦਲਣਾ ਹੈ ਅਤੇ ਆਪਣੇ ਆਪ ਦੇ ਵਿੱਚ ਚੰਗਾ ਬਦਲਾਵ ਕਰਨਾ ਹੈ, ਮਾੜਾ ਨਹੀਂ ਚੰਗਾ ਬਦਲਾਵ ਕਰਨਾ ਹੈ। ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਅਪਣਾਉਣੀਆਂ ਨੇ। ਅਤੇ ਉਸ ਤੋਂ ਬਾਅਦ ਆ ਦੂਸਰੀ ਗੱਲ ਕਿ ਇਹ ਬਦਲਾਵ ਮੈਂ ਆਪਣੇ ਆਪ ਦੇ ਵਿੱਚ ਅੱਜ ਤੋਂ ਹੀ ਕਰਨਾ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੱਲ੍ਹ ਦਾ ਲਾਰਾ ਛੱਡ ਦੇਣਾ ਹੈ, ਕਦੇ ਵੀ ਕੋਈ ਵੀ ਕੰਮ ਕੱਲ੍ਹ ਵਾਸਤੇ ਨਹੀਂ ਛੱਡਣਾ, ਜੋ ਕਰਨਾ ਹੈ ਅੱਜ ਹੀ ਕਰਨਾ ਹੈ, ਹੁਣੇ ਹੀ ਕਰਨਾ ਹੈ, ਕਿਉਂਕਿ ਕੱਲ੍ਹ ਕਿਸੇ ਨੇ ਨਹੀਂ ਵੇਖਿਆ, ਕਿਉਂਕਿ ਕੱਲ੍ਹ ਆਉਂਦਾ ਹੀ ਨਹੀਂ ਆ। ਜੋ ਲੋਕ ਕੱਲ੍ਹ ਦੀ ਆਸ ਤੇ ਬੈਠੇ ਰਹਿੰਦੇ ਨੇ ਉਹ ਕਦੇ ਵੀ ਕੁਝ ਨਹੀਂ ਕਰ ਪਾਉਂਦੇ। ਇਸ ਕਰਕੇ ਜੋ ਕਰਨਾ ਹੈ ਅੱਜ ਕਰਨਾ ਹੈ, ਇਹ ਚੰਗੇ ਬਦਲਾਵ ਦੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਆ। ਅਤੇ ਤੀਸਰੀ ਗੱਲ ਕੀ ਆ ਕਿ ਜੋ ਚੰਗਾ ਬਦਲਾਵ ਮੈਂ ਅੱਜ ਤੋਂ ਕਰਨਾ ਹੈ ਇਹ ਮੈਂ ਖੁਦ ਕਰ ਸਕਦਾ ਹਾਂ। ਮੇਰੀ ਜ਼ਿੰਦਗੀ ਨੂੰ ਕੋਈ ਵੀ ਬਦਲ ਨਹੀਂ ਸਕਦਾ। ਮੇਰੀ ਜ਼ਿੰਦਗੀ ਦੇ ਵਿੱਚ ਕੁਝ ਵੀ ਚੰਗਾ ਜੇਕਰ ਹੋਵੇਗਾ ਨਾ ਉਹ ਮੇਰੇ ਕਰਕੇ ਹੋਵੇਗਾ। ਇਸ ਕਰਕੇ ਬਗਾਨੀਆਂ ਆਸਾਂ ਛੱਡ ਕੇ ਸਾਰੀਆਂ ਆਸਾਂ ਆਪਣੇ ਆਪ ਤੋਂ ਲਾਉਣੀਆਂ ਨੇ, ਕਿਉਂਕਿ ਜਦੋਂ ਅਸੀਂ ਆਸ ਉਮੀਦ ਆਪਣੇ ਆਪ ਤੋਂ ਰੱਖਦੇ ਹਾਂ ਨਾ ਤਾਂ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਸਾਡੀਆਂ ਸਾਰੀਆਂ ਆਸਾਂ ਉਮੀਦਾਂ ਅਰਦਾਸਾਂ ਜ਼ਰੂਰ ਪੂਰੀਆਂ ਕਰਦੇ ਨੇ। ਤਾਂ ਬਸ ਇਹ ਤਿੰਨ ਗੱਲਾਂ ਆਪਣੇ ਆਪ ਨੂੰ ਰੋਜ਼ ਯਾਦ ਕਰਵਾਉਣੀਆਂ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਇੱਕ ਚੰਗਾ ਬਦਲਾਵ ਲੈ ਕੇ ਆਉਣਾ ਹੈ ਅਤੇ ਅੱਜ ਤੋਂ ਹੀ ਉਹਦੀ ਸ਼ੁਰੂਆਤ ਕਰਾਂਗਾ। ਅਤੇ ਤੀਸਰੀ ਕਿ ਆਪਣੇ ਆਪ ਨੂੰ ਮੈਂ ਖੁਦ ਬਦਲ ਸਕਦਾ ਹਾਂ, ਆਪਣੇ ਅੰਦਰ ਚੰਗਾ ਬਦਲਾਵ ਮੈਂ ਖੁਦ ਲੈ ਕੇ ਆ ਸਕਦਾ ਹਾਂ, ਮੇਰੇ ਸੁਪਨੇ ਮੇਰੀਆਂ ਇਛਾਵਾਂ ਮੈਂ ਖੁਦ ਪੂਰੀਆਂ ਕਰ ਸਕਦਾ ਹਾਂ। ਕੋਈ ਵੀ ਦੂਸਰਾ ਮਨੁੱਖ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਲੈ ਕੇ ਆ ਸਕਦਾ। ਇਹ ਖੁਸ਼ੀਆਂ, ਇਹ ਕਾਮਯਾਬੀ, ਇਹ ਤਰੱਕੀ, ਇਹ ਤੰਦਰੁਸਤੀ ਮੇਰੇ ਖੁਦ ਕਰਕੇ ਮੇਰੇ ਜੀਵਨ ਦੇ ਵਿੱਚ ਆ ਸਕਦੀ ਆ। ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝ ਲਿਆ ਨਾ ਉਸੇ ਦਿਨ ਤੋਂ ਹੀ ਅਸੀਂ ਖੁਸ਼ ਰਹਿਣਾ ਸ਼ੁਰੂ ਕਰ ਦੇਵਾਂਗੇ, ਉਸ ਦਿਨ ਤੋਂ ਹੀ ਅਸੀਂ ਕਾਮਯਾਬੀ ਤਰੱਕੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ। ਅਸੀਂ ਅੱਜ ਨਿਰਾਸ਼ ਨਾ ਕਾਮਯਾਬ ਇਸ ਕਰਕੇ ਆ ਕਿਉਂਕਿ ਅਸੀਂ ਆਪਣੇ ਆਪ ਤੋਂ ਆਸ ਨਹੀਂ ਲਾਈ, ਸਾਨੂੰ ਆਸ ਆ ਦੂਸਰਿਆਂ ਤੋਂ ਕਿ ਕੋਈ ਦੂਸਰਾ ਮਨੁੱਖ ਆਵੇਗਾ ਉਹ ਸਾਡੀ ਜ਼ਿੰਦਗੀ ਨੂੰ ਬਦਲੇਗਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਦਾ ਕਾਮਯਾਬੀ ਦਾ ਕਾਰਨ ਬਣੇਗਾ, ਇਹ ਮਨੁੱਖ ਸਾਡੀ ਬਾਂਹ ਫੜੇਗਾ। ਪਰ ਨਹੀਂ, ਜੇ ਕੁਝ ਚੰਗਾ ਸਾਡੇ ਜੀਵਨ ਦੇ ਵਿੱਚ ਹੁੰਦਾ ਹੈ ਤਾਂ ਸਾਡੇ ਕਰਕੇ ਹੁੰਦਾ ਹੈ, ਅਤੇ ਜੇ ਕੁਝ ਮਾੜਾ ਹੋ ਰਿਹਾ ਹੈ ਨਾ ਉਹ ਵੀ ਸਾਡੀਆਂ ਅਣਗਹਿਲੀਆਂ ਕਰਕੇ, ਸਾਡੀਆਂ ਹੀ ਗਲਤੀਆਂ ਕਰਕੇ ਹੋ ਰਿਹਾ ਹੈ। ਇਸ ਲਈ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਗਲਤੀਆਂ ਨੂੰ, ਇਹ ਕਮੀਆਂ ਨੂੰ ਦੂਰ ਕਰਨਾ ਹੈ, ਇਹ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਅਪਣਾਉਣੀਆਂ ਨੇ। ਅਤੇ ਚੰਗੀਆਂ ਆਦਤਾਂ ਕਿਹੜੀਆਂ ਨੇ ਕਿ ਆਪਣੇ ਆਪ ਨੂੰ ਉੱਦਮੀ ਅਤੇ ਮਿਹਨਤੀ ਬਣਾਉਣਾ ਹੈ। ਜਿੰਨੀ ਦੇਰ ਤੱਕ ਆਪਾਂ ਆਲਸ ਦਾ ਖਹਿੜਾ ਨਹੀਂ ਛੱਡਦਾ, ਦੂਜਿਆਂ ਦੇ ਉੱਤੇ ਆਪਾਂ ਆਸਾਂ ਉਮੀਦਾਂ ਰੱਖਣੀਆਂ ਨਹੀਂ ਛੱਡਦੇ, ਉਨੀ ਦੇਰ ਤੱਕ ਸਾਡਾ ਕੁਝ ਨਹੀਂ ਹੋ ਸਕਦਾ। ਤਾਂ ਫਿਰ ਆਓ ਅੱਜ ਤੋਂ ਹੀ ਉੱਦਮ ਕਰੀਏ, ਆਪਣੇ ਜੀਵਨ ਦੇ ਵਿੱਚ ਸਖ਼ਤ ਮਿਹਨਤ ਨੂੰ ਲੈ ਕੇ ਆਈਏ। ਬਾਬੇ ਨਾਨਕ ਦੀ ਗੱਲ ਰੋਜ਼ ਯਾਦ ਕਰੀਏ ਕਿ ਦੱਬ ਕੇ ਵਾਹ ਅਤੇ ਰੱਜ ਕੇ ਖਾ। ਬਸ ਇਸੇ ਗੱਲ ਨੂੰ ਹੀ ਫੋਲੋ ਕਰਨਾ ਹੈ, ਇਸੇ ਗੱਲ 'ਤੇ ਚੱਲਣਾ ਹੈ, ਕਿਉਂਕਿ ਹੱਥੀਂ ਕੰਮ ਕਰਨ ਦੇ ਵਿੱਚ ਕੋਈ ਵੀ ਮਿਹਣਾ ਨਹੀਂ ਆ, ਕੋਈ ਵੀ ਸ਼ਰਮ ਨਹੀਂ ਆ। ਜਿੰਨੀ ਮਿਹਨਤ ਕਰਾਂਗੇ ਉਨਾ ਹੀ ਫਲ ਸਾਨੂੰ ਮਿਲੇਗਾ। ਕਿਸੇ ਤੋਂ ਆਸ ਉਮੀਦ ਨਹੀਂ ਲਾਉਣੀ, ਕਦੇ ਵੀ ਕਿਸੇ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ, ਨਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ, ਨਾ ਹੀ ਆਪਣੇ ਮਾਪਿਆਂ ਦੇ ਨਾਲ, ਨਾ ਹੀ ਰਿਸ਼ਤੇਦਾਰਾਂ ਦੇ ਨਾਲ। ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਮੰਦੇ ਦੇ ਅਸੀਂ ਖੁਦ ਜ਼ਿੰਮੇਵਾਰ ਹਾਂ। ਬਸ ਆਪਣੇ ਦਿਨ ਦੀ ਸ਼ੁਰੂਆਤ ਚੰਗੀ ਕਰਨੀ ਆ, ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈ ਕੇ, ਸਤਿਗੁਰ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਆ। ਅਤੇ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਆ, ਰੋਜ਼ ਰੋਜ਼ ਚੰਗੀ ਸ਼ੁਰੂਆਤ ਕਰਨੀ ਆ, ਗੁਰਬਾਣੀ ਦਾ ਪਾਠ ਕਰਕੇ, ਅਰਦਾਸ ਬੇਨਤੀ ਕਰਕੇ। ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਉਣੀ ਆ, ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ, ਮਾਲਕ ਦਾ ਨਾਮ ਜਪ ਕੇ, ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਜੋ ਵੀ ਕੰਮ ਕਾਰ ਕਰਨੇ ਆ ਨਾ ਉਹਨਾਂ ਦੀ ਸ਼ੁਰੂਆਤ ਕਰ ਦੇਣੀ ਆ। ਤਾਂ ਦੇਖਣਾ